ਹਾਂਜੀ ਬਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਉਹ ਬੱਲੇ ਬੱਲੇ ਸਾਬੀ ਸਾਹਿਬ ਕੀ ਹਾਲ ਚਾਲ, ਅੱਜ ਕਿਹੜੇ ਨੰਬਰ ਤੋਂ ਫੋਨ ਕੀਤਾ? ਨੰਬਰ ਬਦਲ ਛੱਡਿਆ ਅੱਜ। ਵਾਹ ਜੀ ਵਾਹ, ਬਦਲ ਹੀ ਛੱਡਿਆ ਜੀ? ਬਦਲ ਹੀ ਛੱਡਿਆ ਹਾਂਜੀ, ਉਹਨੇ ਦੂਜੇ ਫੋਨ ਤੋਂ ਕੀਤੇ। ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਜੀ ਜੀ ਜੀ, ਇੱਦਾਂ ਹੀ ਅੱਜ ਹੋ ਗਿਆ। ਓਹੋ, ਚਲੋ ਕੋਈ ਗੱਲ ਨਹੀਂ। ਹੋਰ ਸਾਬੀ ਸਾਹਿਬ ਸਿਹਤਾਂ ਕਿੱਦਾਂ, ਸਭ ਠੀਕ ਆ? ਪਤਾ ਕੀ ਚੱਕ, ਬਹੁਤ ਵਧੀਆ ਠੀਕ ਠਾਕ। ਉਹ ਨੰਬਰ ਬੰਦ ਕੀਤਾ ਜੇ, ਫੋਨ ਲਾਇਆ ਕਿਸੇ ਬੰਦੇ ਨੂੰ, ਆਪੇ ਪੁੱਛ ਲਾਂਗਾ। ਕਰਤੂਤਾਂ ਚ ਪਿਆ ਹੋਇਆ ਸ਼ੁਕਰ, ਤੁਸੀਂ ਸਾਨੂੰ ਯਾਦ ਕੀਤਾ। ਸਰ ਤੁਸੀਂ ਕੁਛ ਆਰਡਰ ਦੇਣਾ ਦੋਨਾਂ ਜਣਿਆਂ ਨੇ, ਮੈਂ ਚਾਹ ਪਾਣੀ ਲੈ ਦਾ, ਤੁਸੀਂ ਆਪਸ ਜੋ ਕੋ ਬਹਿ ਕੇ ਗੱਲ ਕਰ ਲਓ। ਪਾਲੀ ਸਾਹਿਬ 2 ਮਿੰਟ ਦਾ ਕਰ ਲੈਣ ਦੇ ਪਾਲੀ ਸਾਹਿਬ ਗੱਲ। ਸਰਕਾਰ ਸਾਨੂੰ ਇਦਾਂ ਲੱਗ ਰਿਹਾ ਨਾ ਕਿ ਜਿੱਦਾਂ ਤੁਸੀਂ ਦੋਨੋਂ ਰੈਸਟੋਰੈਂਟ 'ਚ ਬਹਿ ਗਏ ਤੇ ਅਸੀਂ ਲਾ ਕੇ ਵੇਟਰ ਘੁੰਮਣ ਡਏ ਆ ਕਿ ਹਾਂਜੀ ਕੋ ਮਿੱਠਾ ਮੰਗਾਣਾ ਇਹਨਾਂ ਨੇ ਰੇ। ਨੋ, ਮੈਂ ਉਹ ਨਹੀਂ, ਮੈਂ ਪਾਲੀ ਸਾਹਿਬ ਹੈਗਾ ਹੈਗਾ ਤੁਸੀਂ ਜ਼ਰੂਰੀ ਨਹੀਂ ਕਿ ਵਿੱਚ ਕੋ ਬੜਕ ਮਾਰੇ ਤੇ ਅਸੀਂ ਤੇਰੀ ਇਨਵੋਲਵਮੈਂਟ ਪਵੇ ਹੈਗਾ, ਸਾਨੂੰ ਵੀ ਪਤਾ ਤੂੰ ਹੈਗਾ। ਹਾਂਜੀ ਹਾਂਜੀ, ਕਰ ਲਓ ਮਾਰੇ, ਕਰ ਲਓ ਕਰ ਲਓ। ਲਵ ਯੂ ਟੂ ਨੇ ਗਾਣਾ ਗਾਣਾ ਬਹੁਤ ਸੋਹਣਾ ਸੁਣਾਇਆ, ਮੈਂ ਉਹਦਾ ਉਹ ਕਰਨਾ ਸੀ, ਐਪਰੀਸ਼ੀਏਟ ਕਰਨਾ ਇਹਨਾਂ ਨੂੰ ਵੀ, ਬਹੁਤ ਵਧੀਆ ਗਾਣੇ ਗਾਉਂਦੇ, ਬਾਤ ਸੁਣੀਏ, ਗਾਣੇ ਗਾਇਆ ਕਰੋ। ਥੈਂਕ ਯੂ ਸਰ। ਤੇ ਫਿਰ ਸਾਬੀ ਸਾਹਿਬ ਨੇ ਵੀ ਕੋਈ ਗਾਣਾ ਸੁਣਾ ਦੇਣਾ ਵਧੀਆ ਜਿਹਾ। ਲਵ ਯੂ ਨੇ ਆਪਣੀ, ਹਾਂਜੀ ਮੈਂ ਕਿਹਾ ਸਾਬੀ ਸਾਹਿਬ ਲਈ ਤੁਹਾਡੇ ਲਈ ਕੋਈ ਗਾਣਾ ਜਿਹਾ ਅੱਛਾ ਜਿਹਾ ਸੁਣਾ ਦਿੰਦੀ ਆ। ਮੈਂ ਸੁਣਾ ਦਿੰਦੀ ਹਾਂ। ਹਾਂ ਸੁਣਾ ਸੁਣਾ, ਥੋੜਾ ਉੱਚੀ ਬਾਤ ਸੁਣਾ ਭਾਈ ਮੇਰੀ ਗੱਲ। ਪਾਲੀ ਸਾਹਿਬ, ਹਾਂਜੀ, ਮੈਂ ਸੋਨੀ ਵੀਰੇ ਕੋ ਸੁਣਾ ਲਵ ਹੀਰੇ ਦਾ ਗਾਣਾ। ਅੱਛਾ, ਉਹ ਵੀ ਸੁਣਾਏ? ਮੈਂ 3-4 ਦਿਨ ਹੋ ਗਏ ਤੁਸੀਂ ਗਾਣਾ ਨਹੀਂ ਕੋਈ ਸੁਣਾਇਆ ਤੇ ਅੱਜ ਸੁਣਾ ਦਿਓ। ਦੇਖੋ, ਇੱਕ ਤਾਂ ਸਾਬੀ ਸਾਹਿਬ ਸਾਡੇ ਇੱਥੇ ਕੋ ਸੋਨੀ ਸੋਨੀ ਹੈ ਨਹੀਂ, ਠੀਕ ਆ? ਬੰਦਾ ਇੰਨੀ ਮਿਹਨਤ ਕਰਦਾ, ਡੇਢ ਘੰਟਾ ਪਹਿਲਾਂ ਰੌਕਸਟਾਰ ਬਣ ਗਿਆ ਹੈ, ਜਿਹੜੇ ਰੌਕਸਟਾਰ ਜਿਹੜੇ ਆਏ ਨੇ ਉਹ ਬੰਦੇ ਨੇ ਡੇਢ ਘੰਟਾ ਮਿਹਨਤ ਕੀਤੀ ਹੈ, ਇੰਨਾ ਮੇਕਅਪ ਕੀਤਾ, ਇੰਨਾ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਮਿੰਟ 'ਚ ਸੋਨੀ ਕਹਿ ਕੇ ਉਹਦੇ ਸਾਰੀ ਮਿਹਨਤ। ਚਲੋ, ਨਹੀਂ ਨਹੀਂ, ਰੌਕਸਟਾਰ ਜਿਹੜੇ ਆਏ ਆਪਣੇ ਬੰਬੇ ਤੋਂ ਆਏ ਨੇ, ਨਾਮ ਲਾਉਣਾ ਉਹਨਾਂ ਦਾ, ਪੂਣ ਖਾਨ ਸੁਣਾ ਦਿਓ ਪਲੀਜ਼। ਨਾਮ ਲਾਉਣਾ ਉਹਨਾਂ ਦਾ, ਪ੍ਰੋਪਰ ਰਿਸਪੈਕਟ ਦੇਣਾ। ਕੀ ਨਾਮ ਤੁਹਾਡਾ? ਪੂਣ ਖਾਨ ਬਾਜੀ, ਪੂਣ ਖਾਨ। ਲਓ ਜੀ, ਲਿਆਵਾ ਪੂੰਡ ਲਿਆਈਏ ਜੀ। ਖਾਨ ਨੂੰ ਠੀਕ ਰਹਿੰਦਾ ਪੂੰਡ ਦਾ? ਪੂੰਡ ਖਾਨ ਕੱਟ ਜਾਂਦੇ ਆ, ਖਾਨ ਨਹੀਂ ਨਾ ਨਹੀਂ। ਅੱਛਾ ਅੱਛਾ ਅੱਛਾ, ਤੇ ਲਓ ਜੀ ਫਿਰ ਸਾਬੀ ਸਾਹਿਬ, ਪੂੰਡ ਖਾਨ ਸਾਹਿਬ ਤੁਹਾਨੂੰ ਅੱਛਾ ਲੱਗਦਾ? ਸਾਹਿਬ ਅੱਜ ਗਾਣਾ ਸੁਣਾ ਦਿਓ। ਲਓ ਜੀ, ਲਓ ਸੁਣਾ ਦਿੰਨੇ, ਸੁਣਾ ਦਿੰਨੇ, ਉਹਨਾਂ ਨੂੰ ਅਜੇ ਯਕੀਨ ਨਹੀਂ ਹੋਇਆ। ਬਿਲਕੁਲ ਸੁਣਾਵਾਂਗੇ ਜੀ। ਚਲੋ ਠੀਕ ਹੈ ਜੀ, ਆ ਬੇਟਾ ਅਗਲਾ ਕਾਲ ਵੀ ਮੈਂ ਕਹਿੰਦਾ ਲੈ ਹੀ ਲੈ, ਫਿਰ ਅਗਲਾ ਇਹਨਾਂ ਕੋ ਗਾਣਾ ਸੁਣ ਲੈਂਦੇ ਆ। ਹੈਲੋ ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਟੀਵੀ ਦਾ ਆਵਾਜ਼ ਘੱਟ ਕਰੋ ਜੀ। ਤੈਨੂੰ ਵਧਾਈਆਂ ਨਿੱਕੇ ਜਵਾਕ ਨੂੰ, ਨਾਲੇ ਉਹਦੇ ਬਾਪ ਨੂੰ ਵਧਾਈਆਂ ਜੀ, ਵਧਾਈਆਂ ਵੇ ਤੈਨੂੰ ਵਧਾਈਆਂ ਜੀ। ਲਓ ਭਾਜੀ, 2100 ਬਣ ਗਿਆ। ਗ੍ਰਾਸੀਆ ਭਾਈ, 2100 ਹਾਜ਼ਰ ਹੋ ਜਾਊਗਾ ਭਾਜੀ, ਸੈਂਡ ਕਰ ਦਿਓ ਕੋਡੀ ਸੇ ਆਪਣਾ ਨਾਲ ਭਾਈ, ਸੋਨੇ ਦੀ ਛਾਪ ਵੀ ਹੋਈ ਆ, ਉਹ ਨਹੀਂ ਹੋਣੀ ਅਕਾਊਂਟ 'ਚ। ਮੁਬਾਰਕਾਂ ਤੇ ਕੀ ਨਾਂ ਰੱਖਿਆ? ਚੱਲ ਰਹੀ ਆ ਆਪਣੇ ਇੱਥੇ ਦੇ
ਜਸ਼ਨ ਦਾ ਗਲਤ ਫਾਇਦਾ ਨੀ ਚੁੱਕਣਾ ਹੋਰ ਪਤਾ ਲੱਗੇ ਜਸ਼ਨ ਆ ਗਏ ਤੇ ਰੋਜ਼ ਹੀ ਨਿੱਕਾ ਨਿੱਕਾ ਲਾ ਲਈ ਆਹੋ ਤੇ ਇਹ ਨੀ ਨਾ ਮੁੰਡੇ ਦਾ ਨਾਂ ਜਸ਼ਨ ਰੱਖ ਲਿਆ ਉਸ ਚੱਕਰ ਚ ਬਹਾਨੇ ਨਾਲ ਰੋਜ਼ ਹੀ ਨਿੱਕਾ ਨਿੱਕਾ ਲਾ ਲਈਏ ਇਹ ਨਾ ਕਰ ਲਿਓ ਕਿਤੇ ਮੋਟੇ ਸ਼ਾਹਰੁਖ ਖਾਨ ਵਾਲਾ ਹਾਸਾ ਤੁਹਾਡਾ ਟੋਨੀ ਭਾਈ ਨਾ ਲੀਡਰ ਸਾਹਿਬ ਉਹ ਲਾ ਵੀ ਸਾਰਿਆਂ ਨੇ ਮਿਲ ਕੇ ਗਾਣਾ ਟੋਨੀ ਭਾਈ ਜਿੱਦਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਟੋਨੀ ਸਾਹਿਬ ਜਿੰਦਾਬਾਦ ਬਹੁਤ ਅੱਛਾ ਠੀਕ ਹੈ ਭਾਈ ਜੀ ਵਧੀਆ ਜੀ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਆਉਣਾ ਜੀ ਦੇਖਦੇ ਸਾਰੇ ਸ਼ੁਕਰ ਬੰਦਾ ਜੀ ਆਪ ਦੋਸਤ ਕਿੱਥੇ ਹੋਏ ਆ ਸ਼ੁਕਰ ਲਾ ਵੀ ਲੀਡਰ ਬੰਦਾ ਕਿਸੇ ਨੂੰ ਭਾਜੀ ਕਹਿੰਦਾ ਹੋਏ ਰਿਸਪੈਕਟ ਫੀਲ ਹੁੰਦੀ ਹਾਂ ਤੇ ਮੈਨੂੰ ਤਾਂ ਕਹਿ ਵੀ ਨਹੀਂ ਸਕਦਾ ਹਾਂਜੀ ਭਾਜੀ ਜੀ ਆਪਣੇ ਜਸਟੀ ਵੀ ਭਾਜੀ ਵਧੀਆ ਇੱਥੇ ਵੀ ਸਾਰੇ ਜਾ ਰਿਹਾ ਬੜਾ ਇੰਜੋਏ ਹਾਂ ਜਸਟੀ ਵੀ ਭਾਜੀ ਆਏ ਸੀ ਪਰਸੋਂ ਮੇਰੇ ਕੋਲ ਜਿਸ ਤਰ੍ਹਾਂ ਬਹੁਤ ਸਾਰੀਆਂ ਰਿਕੁਐਸਟਾਂ ਜਿਹੜੀਆਂ ਆ ਗਈਆਂ ਸਾਨੂੰ ਗਾਣੇ ਦੀਆਂ ਤੇ ਕੋਈ ਇਸ਼ੂ ਨਹੀਂ ਜੇ ਤੁਸੀਂ ਸਾਡੀ ਮੁਲਾਜ਼ਮ ਨਾਲ ਵੀ ਮੈਂ ਕਹਾਂ ਨਾ ਮੈਂ ਤਾਂ ਤੁਹਾਨੂੰ ਸੁਜੈਸ਼ਨ ਦਾਂਗਾ ਕਿ ਤੁਸੀਂ ਇਹਨਾਂ ਨਾਲ ਵੀ ਰਲ ਕੇ ਕੋਈ ਕਰ ਸਕਦੇ ਹੋ ਟੇਪ ਟੂਪ ਕੁਛ ਵੀ ਤੁਸੀਂ ਇਹਨਾਂ ਨੂੰ ਮੌਕਾ ਦੇ ਸਕਦੇ ਹੋ ਅੱਛਾ ਪਰ ਪਹਿਲੇ ਤੁਸੀਂ ਕੁਛ ਸੁਣਾਓ ਕੁਛ ਜਿਸ ਤਰ੍ਹਾਂ ਸਾਡੇ ਇੱਕ ਕਾਲਰ ਦੀ ਫਰਮਾਇਸ਼ ਆਈ ਸੀਗੀ ਕਿ ਬਲਕਾਰਨ ਖੀਲਾ ਜੀ ਨਹੀਂ ਉਹਨਾਂ ਨੇ ਕਿਹਾ ਸੀ ਲਾਭ ਹੀਰਾ ਸਾਹਿਬ ਉਹ ਲਾਭ ਹੀਰਾ ਸਾਹਿਬ ਜੀ ਉਹਨਾਂ ਦਾ ਕੁਛ ਸੁਣਾਓ ਜਰਾ ਉਹਨਾਂ ਦਾ ਕੋਈ ਨਹੀਂ ਕਰੈਕਟਰ ਛੱਡ ਕੇ ਸੁਣਾ ਦਿਓ ਕੋਈ ਇਸ਼ੂ ਨਹੀਂ ਹੈਗਾ ਅੱਛਾ ਠੀਕ ਫਿਰ ਠੀਕ ਹੈ ਮੈਂ ਵੈਸੇ ਆਵਾਜ਼ ਵੀ ਚੇਂਜ ਕਰਕੇ ਗਾ ਲੈਣਾ ਹਾਂ ਸੁਣਾਓ ਸੁਣਾਓ ਜਿਹਨੂੰ ਵਿਆਹ ਕੇ ਲਿਆ ਬਸ ਤੂੰ ਦਾ ਬਣ ਕੇ ਰਹਿ ਜੇ ਘਰ ਵਾਲੀ ਕੋਲ ਜਾਵੇਂਗਾ ਮਹਿਬੂਬਾ ਰਸੂਗੀ ਜੇ ਮਹਿਬੂਬਾ ਕੋਲ ਜਾਵੇਂਗਾ ਤੇਰੀ ਜਿੱਤ ਖੁਸੂਗੀ ਦੁਨੀਆ ਦੀ ਆਖਰੀ ਖੰਗ ਸੀ ਐਕਚੁਅਲੀ ਮੈਂ ਖਾਣਾ ਖਾਧਾ ਸੀ ਝੋਲ ਵੱਜ ਗਈ ਇੱਕ ਪਾਸੇ ਠੀਕ ਇੱਕ ਪਾਸੇ ਖਾਣਾ ਡਿੱਗ ਟੈਨਸ਼ਨ ਨਾ ਲਓ ਥੋੜੀ ਦੇਰ ਦੇ ਵਿੱਚ ਤੁਹਾਡੇ ਚਪੇੜਾਂ ਵੀ ਵੱਜਣਗੀਆਂ ਝੋਲ ਹੀ ਵੱਜੀ ਲੈ ਭਾਜੀ ਅਸੀਂ ਗਿਟਾਰ ਵਜਾਉਂਦੇ ਹਾਂ